ਅੱਖ ਮੇਰੀ ਜਿਦੜੀ ਐ ਸੱਪਾਲਿਆ ਅੱਖ ਮੇਰੀ ਨੇ ਜਿਦੜੀ ਐ ਸੱਪਾਲਿਆ دیਵਾਨੀ ਹੋ ਗਈ ਸੋਹਣਿਆ ਆਰਦੀ ਹਾਏ ਇਹ دیਵਾਨੀ ਹੋ ਗਈ ਸੋਹਣਿਆ ਆਰਦੀ ਦਿਲੋਂ ਮੈਂ ਉਹ ਵੀ ਆਪਣੇ ਮਿਟਾਲਿਆ ਦਿਲੋਂ ਮੈਂ ਉਹ ਵੀ ਆਪਣੇ ਮਿਟਾਲਿਆ دیਵਾਨੀ ਹੋ ਗਈ ਸੋਹਣਿਆ ਆਰਦੀ ਹਾਏ ਇਹ دیਵਾਨੀ ਹੋ ਗਈ ਸੋਹਣਿਆ ਆਰਦੀ ਉੱਥੇ ਵੱਡੇ ਵੱਡੇ ਫੰਕਾਰ ਆ ਕੇ ਹਾਇਆ ਲਗਾਉਂਦੇ ਸੀ ਸਾਨੂੰ ਉਹਨਾਂ ਨੂੰ ਵੇਖ ਵੇਖ ਕੇ ਸ਼ੌਂਕ ਪਿਆ ਔਰ ਤੋਂ ਬਾਅਦ ਸਾਡਾ ਕਲਾਮ دیਵਾਨੇ ਉਹ ਸੋਹਣਿਆਰ ਦੀ ਸੁਪਰ ਡੂਪਰ ਵਰਲਡ ਵਾਈਡ ਹਿੱਟ ਹੋਇਆ ਸਾਨੂੰ ਉਹਨਾਂ ਤੋਂ ਲੋਕ ਜਾਣਣ ਲੱਗੇ ਜਿਹਨਾਂ ਦੇ ਪਿਆਰੀ ਹੱਥ ਲਾਇਆ ਸੀਗਾ ਮੈਂ ਕਿ ਤੁਸੀਂ ਸਲੂਟ ਹੈ ਤੁਹਾਨੂੰ ਕੋਈ ਲੱਕੀ ਮੈਨ ਹੋ ਐਡੀ ਛੋਟੀ ਉਮਰ ਦੇ ਵਿੱਚ ਕਪਿਲ ਸ਼ੋਅ 'ਚ ਜਾਣਾ ਦੁਨੀਆ ਤੇ ਮੇਰੇ ਖਿਆਲ ਨਾਲ ਚੰਦ ਤੋਂ ਪੁਰ ਕੋਈ ਜਗ੍ਹਾ ਨਾ ਉਹ ਕਪਿਲ ਸ਼ੋਅ ਆ ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਸੁਖਚੈਨ ਸਿੰਘ ਸਵਾਗਤ ਕਰਦਾ ਹਾਂ ਦੋਸਤੋ ਪੰਜਾਬ ਦੇ ਵਿੱਚ ਐਸਾ ਕੋਈ ਘਰ ਨਹੀਂ ਹੋਏਗਾ ਜਿੱਥੇ ਸਿੰਗਰ ਨਾ ਹੋਣ ਸਿੰਗਿੰਗ ਦਾ ਸ਼ੌਂਕ ਹਰ ਇੱਕ ਨੂੰ ਹੈ ਪਰ ਸਿੰਗਿੰਗ ਦਾ ਸ਼ੌਂਕ ਰੱਖਣ ਦੇ ਨਾਲ-ਨਾਲ ਤਾਲੀਮ ਲੈਣੀ ਬਹੁਤ ਜ਼ਰੂਰੀ ਆ ਸਿੰਗਿੰਗ ਐਸੀ ਹੋਵੇ ਜਿਹਨੂੰ ਸੁਣਨ ਤੋਂ ਬਾਅਦ ਤੁਹਾਨੂੰ ਬੰਨਣ ਦੀ ਲੋੜ ਨਾ ਪਵੇ ਸੋਰੀ ਐਸੀ ਹੋਣ ਕਿ ਤੁਸੀਂ ਖੁਦ ਹੀ ਬੰਨੇ ਜਾਵੋ ਅੱਜ ਐਸੇ ਘਰ ਦੇ ਵਿੱਚ ਅਸੀਂ ਪਹੁੰਚੇ ਆ ਤੇ ਐਸੇ ਸਿੰਗਰਾਂ ਨੂੰ ਤੁਹਾਨੂੰ ਮਿਲਾਵਾਂਗੇ ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਖੁਸ਼ੀ ਵੀ ਹੋਏਗੀ ਤੇ ਹੈਰਾਨੀ ਵੀ ਹੋਏਗੀ ਕਿਉਂਕਿ ਸਿੰਗਰ ਜਿਹੜੇ ਨੇ ਛੋਟੇ ਬੱਚੇ ਨੇ ਤੇ ਉਹਨਾਂ ਦੀ ਆਵਾਜ਼ ਬੁਲੰਦੀਆਂ ਨੂੰ ਛੁੰਦੀ ਆ ਹਰ ਪਾਸੇ ਮੈਡਲ ਜਿੱਤੇ ਨੇ ਐਸਾ ਕੋਈ ਸ਼ੋਅ ਨਹੀਂ ਜਿਹੜਾ ਇਨਾ ਸਿੰਗਰਾਂ ਨੇ ਨਾ ਅਟੈਂਡ ਕੀਤਾ ਹੋਵੇ ਨੂਰਾ ਸਿਸਟਰ ਦਾ ਨਾਮ ਸਭ ਨੇ ਸੁਣਿਆ ਹੋਵੇਗਾ ਨੂਰਾ ਸਿਸਟਰ ਪੂਰਾ ਦੇਸ਼ ਜਾਣਦਾ ਕਿ ਨੂਰਾ ਸਿਸਟਰ ਕੌਣ ਹੈ ਅੱਜ ਨੂਰਾ ਸਿਸਟਰ ਦੇ ਗੋਰ ਪਾਈਆਂ ਦੇ ਅਸੀਂ ਘਰ ਪਹੁੰਚੇ ਆ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਆਵਾਜ਼ ਦਾ ਨਮੂਨਾ ਤੁਹਾਡੇ ਸਾਹਮਣੇ ਐਸਾ ਪੇਸ਼ ਕਰਾਂਗੇ ਜਿਹਨੂੰ ਸੁਣਨ ਤੋਂ ਬਾਅਦ ਤੁਸੀਂ ਕਹੋਗੇ ਸਿਰਫ ਗੀਤ ਹੀ ਸੁਣਵਾਈ ਜਾਓ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਜੈ ਬਾਬਾ ਖੇਤਰਪਾਲ ਜੀ ਦੀ ਕੀ ਕਹਿਣਾ ਚਾਹੋਗੇ ਸਵਾਗਤ ਹੈ ਜੈ ਬਾਬਾ ਖੇਤਰਪਾਲ ਜੀ ਦੀ ਜੈ ਬਾਬਾ ਖੇਤਰਪਾਲ ਜੀ ਦੀ ਸਭ ਤੋਂ ਪਹਿਲੇ ਸ਼ੁਰੂਆਤ ਕਰਨ ਤੋਂ ਪਹਿਲੇ ਅਸੀਂ ਇੱਕ Song ਸੁਣਾਗੇ ਜਿਹੜਾ ਤੁਹਾਡਾ Song ਬਹੁਤ ਮਸ਼ਹੂਰ ਹੋ ਰਿਹਾ ਉਹ Song ਸੁਣਾਗੇ ਉਸ ਤੋਂ ਬਾਅਦ ਇੰਟਰਵਿਊ ਆਪਾਂ ਜ਼ਰੂਰ ਕਰਾਂਗੇ ਤੇ ਅਸੀਂ ਦਰਸ਼ਕਾਂ ਨੂੰ ਜ਼ਰੂਰ ਦੱਸਾਂਗੇ ਕਿ ਇਹ ਜਿਹੜੇ ਹੀਰੇ ਨੇ ਕੌਣ ਨੇ ਸਭ ਤੋਂ ਪਹਿਲੇ ਆਵਾਜ਼ ਅੱਖ ਮੇਰੀਆਂ ਜਿਦਾਰੀਆਂ ਸਪਾਲਿਆ ਅੱਖ ਕਮੇੜੀ ਨੇ ਜਿਦੜਿਆ ਸਪਾਲਿਆ دیਵਾਨੀ ਹੋ ਗਈ ਸੋਹਣਿਆਰ ਦੀ ਹਾਏ ਇਹ دیਵਾਨੀ ਹੋ ਗਈ ਸੋਹਣਿਆਰ ਦੀ ਦਿਲੋਂ ਮੈਨੂੰ ਵੀ ਆਪਣੇ ਮਿਟਾਲਿਆ ਦਿਲੋਂ ਮੈਨੂੰ ਵੀ ਆਪਣੇ ਮਿਟਾਲਿਆ دیਵਾਨੀ ਹੋ ਗਈ ਸੋਹਣਿਆਰ ਦੀ ਹਾਏ ਇਹ دیਵਾਨੀ ਹੋ ਗਈ ਸੋਹਣਿਆਰ ਦੀ ਅੱਖ ਮੇਰੀ ਨਰਜਦਾਰਿਆ ਸਪਾਲਿਆ ਪੈਲੀ ਔਰ ਦੀਦਾਰ ਵਾਲੀ ਖੜੀ ਨਹੀਂ ਆ ਪੁੱਲਦੀ ਅੱਖ ਨੁ ਲੱਗੀ ਸੀ ਜਿਹੜੀ ਚੜੀ ਨਹੀਂ ਓਪਲਦੀ ਪਹਿਲੀ ਔਰ ਜ਼ਿਦਾਰ ਵਾਲੀ ਕੜੀ ਨਹੀਂ ਓਪਲਦੀ ਅੱਖਾਂ ਨੂੰ ਲੱਗੀ ਸੀ ਜਿਹੜੀ ਚੜੀ ਨਹੀਂ ਓਪਲਦੀ ਸੋਣੀ ਸੂਰਤ ਤੇ ਰੱਬ ਨੂੰ ਮਾ ਪਾਲਿਆ ਸੋਣੀ ਸੂਰਤ ਤੇ ਰੱਬ ਨੂੰ ਮਾ ਪਾਲਿਆ دیਵਾਨੀ ਹੋ ਗਈ ਸੋਹਣਿਆਰ ਦੀ ਹਾਏ ਹੈ دیਵਾਨੀ ਹੋ ਗਈ ਸੋਹਣਿਆਰ ਦੀ ਅੱਖ ਮੇਰੀ ਨੇ ਜ਼ਿਦਾਰੀ ਐ ਸਪਾਲਿਆ ਆਏ ਹਾਏ ਹਾਏ ਦਿਲ ਨੂੰ ਛੁਈ ਤੁਹਾਡੀ ਆਵਾਜ਼ ਦਿਲ ਕਰਦਾ ਕਿ ਸੁਣੀ ਜਾਈਏ ਪਰ ਇੰਟਰਵਿਊ ਕਰਨੀ ਜ਼ਰੂਰੀ ਆ ਕਿਉਂਕਿ ਸਾਡੇ ਜਿਹੜੇ ਦਰਸ਼ਕ ਦੇਖ ਰਹੇ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਤੁਸੀਂ ਕੌਣ ਜੇ ਕਿੱਥੇ ਰਹਿੰਦੇ ਜੇ ਕੀ ਕੀ ਚੀਜ਼ਾਂ ਹਿੱਟ ਹੋਈਆਂ ਕਾਫੀ ਲੋਕ ਤੁਹਾਨੂੰ ਜਾਣਦੇ ਨੇ ਤੁਹਾਡੇ ਫੋਲੋਅਰ ਬਹੁਤ ਜ਼ਿਆਦਾ ਨੇ ਪਰ ਜਿਹੜੇ ਲੋਕ ਨਹੀਂ ਜਾਣਦੇ ਅਸੀਂ ਉਹਨਾਂ ਤੱਕ ਤੁਹਾਡੀ ਆਵਾਜ਼ ਪਹੁੰਚਾਉਣਾ ਚਾਹੁੰਦੇ ਆ ਕਿੰਨੀ ਉਮਰ ਤੁਹਾਡੀ ਤੇ ਕਿੰਨੀ ਵਿੱਚ ਪੜਦੇ ਮੈਂ 14 ਸਾਲ ਦਾ ਹੋ ਗਿਆ ਤੇ ਮੈਂ 7th ਵਿੱਚ ਪੜਦਾ ਤੁਸੀਂ ਕਿੰਨੀ ਵਿੱਚ ਪੜਦੇ ਜੇ ਕਿੰਨੀ ਉਮਰ ਤੁਹਾਡੀ ਮੈਂ ਹੁਣ 11 ਸਾਲ ਦਾ ਵਾਂ ਤੇ ਮੈਂ 4th ਵਿੱਚ ਵਾਂ ਆਏ ਹਾਈ ਦਿਲ ਤੇ ਵੱਜਦੀ ਹੈ ਜਦੋਂ 11 ਸਾਲ ਦਾ ਕਹਿੰਦਾ ਛੋਟਾ ਜਿਹਾ ਬੱਚਾ ਆਵਾਜ਼ ਵਾਕੇ ਕਿ ਕਿਆਮਤ ਹੈ ਤੁਸੀਂ ਕਿੰਨੀ ਉਮਰ ਹੈ ਤੇ ਕਿੰਨੇ ਮੈਂ ਹੁਣ 14 ਸਾਲ ਦਾ ਵਾਂ ਤੇ ਮੈਂ 8th ਚ ਵਾਂ ਛੋਟੇ ਛੋਟੇ ਬੱਚੇ ਨੇ ਪਰ ਆਵਾਜ਼ ਜਦੋਂ ਜੇਕਰ ਅਸੀਂ ਤੁਹਾਨੂੰ ਦੱਸ ਦਈਏ ਕਿ ਕੈਮਰਾ ਦੂਜੇ ਪਾਸੇ ਕਰ ਲਈ ਤੇ ਇਹਨਾਂ ਦੀ ਆਵਾਜ਼ ਸੁਣੀਏ ਤੇ ਤੁਸੀਂ ਜਜਮੈਂਟ ਨਹੀਂ ਕਰ ਸਕਦੇ ਕਿ ਬੱਚੇ ਗਾਰੇ ਨੇ ਜਾਂ ਫਿਰ ਸਿਆਣੇ ਸ਼ੌਂਕ ਇਸ ਤਰ੍ਹਾਂ ਪਿਆ ਸਿੰਗਿੰਗ ਦਾ ਸਾਡੇ ਪਿਤਾ ਜੀ ਸਹੀ ਰੰਦੀਪ ਗਿੱਲ ਜੀ ਸਾਡੇ ਮਮਾ ਜੀ ਸਹੀ ਸੁਨਾਣਾ ਗਿੱਲ ਜੀ ਸਾਡੇ ਕੂਲ ਦੇਵਤਾ ਬਾਬਾ ਖੇਤਰਪਾਲ ਜੀ ਚਰਨਾ ਵਿੱਚ ਗੱਦੀ ਨਿਸ਼ੀਨੇ ਤੇ ਉਹ ਹਰ ਸਾਲ ਸਾਡੇ ਦਾਦੀ ਜੀ ਸਵਰਗਵਾਸੀ ਨੀਲਮ ਕੁਮਾਰੀ ਜੀ ਦੀ ਯਾਦ ਵਿੱਚ ਬਾਬਾ ਖੇਤਰਪਾਲ ਜੀ ਦੇ ਚਰਨਾ ਵਿੱਚ ਮੇਲਾ ਕਰਵਾਉਂਦੇ ਨੇ ਤੇ ਉੱਥੇ ਵੱਡੇ ਵੱਡੇ ਫੰਕਾਰਾ ਕੀ ਹਾਇਆ ਲਗਾਉਂਦੇ ਸੀ ਸਾਨੂੰ ਉਹਨਾਂ ਨੂੰ ਵੇਖ ਵੇਖ ਕੇ ਸ਼ੌਂਕ ਪਿਆ ਤੇ ਔਰ ਤੋਂ ਬਾਅਦ ਸਾਡਾ ਕਲਾਮ ਦੀਵਾਨੇ ਸੁਹਣਿਆਰ ਦੀ ਸੁਪਰ ਡੂਪਰ ਵਰਲਡ ਵਾਈਡ ਹਿੱਟ ਹੋਇਆ ਸਾਨੂੰ ਉਹਨਾਂ ਤੋਂ ਲੋਕ ਜਾਣਣ ਲੱਗੇ ਕਿੱਥੇ ਕਿੱਥੇ ਸ਼ੋਅ ਕਰਕੇ ਆਏ ਜੇ ਕਿਹੜੇ ਕਿਹੜੇ ਅ ਦਰ ਦੇ ਉੱਤੇ ਤੁਸੀਂ ਗਾਇਆ ਮੈਡਲ ਕਿੱਥੋਂ ਕਿੱਥੋਂ ਮਿਲੇ ਕਿਹੜੀ ਕਿਹੜੀ ਜਗ੍ਹਾ ਤੇ ਹੋ ਗਿਆ ਚੁਕੀ ਤੇ ਫਿਰ ਸਾਨੂੰ ਕਪਿਲ ਸ਼ਰਮਾ ਸ਼ੋਅ ਵਿੱਚ ਇਨਵਾਈਟ ਕੀਤਾ ਤੇ ਅਸੀਂ ਇਹਦੇ ਪਰਫਾਰਮੈਂਸ ਕੀਤਾ ਸਾਨੂੰ ਕਪਿਲ ਜਿੰਨੇ ਬਹੁਤ ਪਿਆਰ ਦਿੱਤਾ ਫਿਰ ਤੋਂ ਬਾਅਦ ਸਾਨੂੰ ਬਾਲੀਵੁੱਡ ਐਕਟਰ ਜਤਿੰਦਰ ਜੀ ਨੇ ਵੀ ਇਨਵਾਈਟ ਕੀਤਾ ਆਪਣੇ ਘਰ ਵਿੱਚ ਤੇ ਅਸੀਂ ਉਹਨਾਂ ਨੂੰ ਮਾਤਾ ਭੇੜ ਜੀ ਦੀ ਮਾਤਾ ਜੀ ਦੀ ਭੇੜ ਜੀ ਦੀ ਭੇਟ ਸੁਣਾਈ ਤਾਂ ਦੱਸ ਦਈਏ ਕਿ ਇਹ ਬਾਲੀਵੁੱਡ ਐਕਟਰ ਜਤਿੰਦਰ ਇਨਵਾਈਟ ਕੀਤਾ ਇਹਨਾਂ ਬੱਚਿਆਂ ਨੂੰ ਆਵਾਜ਼ ਦਾ ਜਾਦੂ ਜਿਹੜਾ ਐਸਾ ਹੈ ਕਿ ਬੱਚਿਆਂ ਨੂੰ ਇਨਵਾਈਟ ਕੀਤਾ ਆਪਣੇ ਘਰ ਤੇ ਭੇਟਾ ਸੁਣੀਆ ਉਹ ਭੇਟ ਅਸੀਂ ਸੁਣਾਂਗੇ ਉਸ ਤੋਂ ਬਾਅਦ ਫਿਰ ਅਗਲੀ ਇੰਟਰੂ ਕਰਾਂਗੇ ਕਿਉਂਕਿ ਜੇ ਜਤਿੰਦਰ ਜੀ ਨੇ ਭੇਟ ਸੁਣੀਏ ਤੇ ਅਸੀਂ ਵੀ ਸੁਣਾਂਗੇ ਦਮ ਹੋਏਗਾ ਭੇਟ ਵਿੱਚ ਭੇਟ ਸੁਣਾ ਦਿਓ ਇੱਕ ਵਾਰੀ ਸੋਨੇ ਮੰਦਰਾਂ ਨੇ ਐਸਾ ਮੈਨੂੰ ਪਾ ਲਿਆ ਸੋਨੇ ਮੰਦਰਾਂ ਨੇ ਐਸਾ ਮੈਨੂੰ ਪਾ ਲਿਆ دیਵਾਨੀ ਹੋ ਗਈ ਸ਼ੇਰਾਂ ਵਾਲੀ ਦੀ ਜੈ ਜੈ ਦੀਵਾਨੀ ਹੋ ਗਈ ਖੇਤਰ ਵਾਲੀ ਦੀ ਤੇ ਮਹਿਨੂ ਹੀ ਮੇਰੇ ਚੋਂ ਮਿਟਾ ਗਈ ਮੇਰੀ ਮਹਿਨੂ ਹੀ ਮੇਰੇ ਚੋਂ ਮਿਟਾ ਗਈ دیਵਾਨੀ ਹੋ ਗਈ ਸ਼ੇਰਾਵਾਲੀ ਦੀ ਜਾ ਜਾ دیਵਾਨੀ ਹੋ ਗਈ ਸ਼ੇਰਾਵਾਲੀ ਦੀ ਸੋਨੇ ਮੰਦਰਾਂ ਨੇ ਐਸਾ ਮੈਨੂੰ ਪਾਲਿਆ ਮੱਇਆ ਦੇ ਦੀਦਾਰ ਨੂੰ ਦੁਨੀਆ ਤਰਸਦੀ ਮੱਇਆ ਮੇਰੀ ਸ਼ੇਰਾਵਾਲੀ ਖਾਲੀ ਚੋਲੀ ਪਾੜਦੀ ਮੱਇਆ ਦੇ ਦੀਦਾਰ ਨੂੰ ਦੁਨੀਆ ਤਰਸਦੀ ਮੱਇਆ ਮੇਰੀ ਸ਼ੇਰਾਵਾਲੀ ਖਾਲੀ ਚੋੜੀ ਪਾੜਦੀ ਮਤਮਨ ਵਿੱਚ ਜੋਤ ਨੂੰ ਜਗਾ ਲਿਆ ਮਤਮਨ ਵਿੱਚ ਜੋਤ ਨੂੰ ਜਗਾ ਲਿਆ دیਵਾਨੀ ਹੋ ਗਈ ਸ਼ੇਰਾਵਾਲੀ ਦੀ ਜੱਜ ਹੈ دیਵਾਨੀ ਹੋ ਗਈ ਸ਼ੇਰਾਵਾਲੀ ਦੀ ਸੋਨੇ ਮੰਦਰਾਂ ਨੇ ਐਸਾ ਮੈਨੂੰ ਪਾ ਲਿਆ ਅੱਗੜ ਪਿਛੜ ਮਾਸਾ ਨਹੀਂ ਹੁੰਦੇ ਤੁਸੀਂ ਸੇਮ ਸੇਮ ਗਾਉਂਦੇ ਜੇ ਤੇ ਕਨਫਿਊਜ਼ ਹੋ ਜੈਨਾ ਕਿ ਮਾਈਕ ਕਿਤੇ ਅੱਗੇ ਕਰਾਂ ਕਿਉਂਕਿ ਤਿੰਨਾਂ ਦੀ ਆਵਾਜ਼ ਐਸੀ ਹੈ ਕਿ ਦਿਲ ਕਰਦਾ ਉਹਦੇ ਅੱਗੇ ਮਾਈਕ ਕਰਦਾ ਦਿਲ ਕਰਦਾ ਉਹਦੇ ਅੱਗੇ ਕਰਦਾ ਦਿਲ ਕਰਦਾ ਉਹਦੇ ਅੱਗੇ ਕਰਦਾ ਹੈਰਾਨੀ ਦੀ ਗੱਲ ਹੈ ਅ ਕੁਝ ਨਵਾਂ ਕਰਨ ਵਾਸਤੇ ਸੋਚ ਰਹੇ ਜੇ ਜਾਂ ਫਿਰ ਕਰਨਾ ਚਾਹੁੰਦੇ ਜੇ ਜਾਂ ਅੱਗੇ ਤਾਂ ਕੀ ਸੋਚਿਆ ਸਾਡਾ ਪਾਕਿਸਤਾਨ ਵਿੱਚ ਜਿਹੜਾ ਤੇ ਕਲਾਮ ਦੀ ਗੱਲ ਕਰਦੇ ਹਾਂ ਜੀ ਸਾਡਾ ਪਾਕਿਸਤਾਨ ਵਿੱਚ ਕਲਾਮ ਲਿਖਿਆ ਜਿਹੜਾ ਇਸ਼ਕ ਸਾਇੰ ਦੇ ਵਿੱਚ ਨੱਚਿਆ ਤੇ ਉਹ ਸਾਡੇ ਤਾऊ ਜੀ ਐਮ ਐਸ ਆਬੀ ਜੀ ਨੇ ਲਿਖਿਆ ਤੇ 뮤직 ਵੀ ਉੱਥੋਂ ਉਹਨਾਂ ਨੇ ਹੀ ਕਰਵਾਇਆ 뮤직 ਉੱਥੋਂ ਹਾਂ ਜੀ ਸੋਚਿਆ ਕੀ ਹੈ ਉਮਰ ਜ਼ਿਆਦਾ ਨਹੀਂ ਹੈ 11 ਸਾਲ ਦੀ ਉਮਰ ਹੈ ਮੇਰੇ ਹਿਸਾਬ ਦੇ ਨਾਲ ਤੇ 11 ਸਾਲ ਦੇ ਵਿੱਚ ਗੱਲਾਂ ਵੀ ਨਹੀਂ ਕਹੀ ਸਮਝ ਲੱਗਦੀਆਂ ਹੁੰਦੀਆਂ ਵੀ ਆ ਰਿਪੋਰਟਰ ਸਾਹਮਣੇ ਬੈਠ ਗਿਆ ਤੇ ਤੁਹਾਡੇ ਕੋ ਪਤਾ ਨਹੀਂ ਕੀ ਸਵਾਲ ਕਰ ਲੈਂਦੇ ਬੰਦਾ ਨਰਵਸ ਹੋ ਜਾਂਦਾ ਪਰ ਤੁਹਾਡੇ ਚਿਹਰੇ ਤੇ ਕੋਈ ਨਰਵਸਪਾਨੀ ਨਹੀਂ ਨਜ਼ਰ ਆ ਰਹੀ ਆ ਤੁਸੀਂ ਕੀ ਸੋਚ ਕੇ ਬੈਠੇ ਜੇ 11 ਸਾਲ ਦੀ ਉਮਰ ਹੈ ਆਗਾਹ ਕੀ ਸੋਚ ਕੇ ਬੈਠੇ ਕਿੱਥੇ ਜਾਣਾ ਹੈ ਕਿਹੜੀਆਂ ਬੁਲੰਦੀਆਂ ਨੂੰ ਹੱਥ ਲਾਣਾ ਚਾਹੁੰਦੇ ਸੇਮ ਹੀ ਜੋ ਇਹਨਾਂ ਨੇ ਬੋਲਿਆ ਸੇਮ ਸੇਮ ਕੀ ਬਾਤ ਹੈ ਤੇ ਜਦੋਂ ਵੀ ਸ਼ੋਅ ਕਰਦੇ ਜੇ ਇਕੱਠੇ ਕਰ ਦਿੱਤੇ ਨੇ ਜਾਣੇ ਹਾਂਜੀ ਸਾਡੇ ਇਕੱਠੇ ਕਰਦੇ ਹਾਂਜੀ ਪਹੁੰਚਣਾ ਕਿੱਥੇ ਆ ਕਿਹੜੀ ਬਲੰਦੀ ਨੂੰ ਹੱਥ ਲਾਣਾ ਚਾਹੁੰਦੇ ਜੇ ਕਿਉਂਕਿ ਹੋਣ ਹੀ ਇੰਨਾ ਕਿਆਮਤ ਗਈ ਜਾਂਦੇ ਤੇ ਗਾਂਗਾ ਕੀ ਬਣੇਗਾ ਹਾਲੀਵੁੱਡ ਹਾਲੀਵੁੱਡ ਤੇ ਪਹੁੰਚਣਾ ਬਾਬਾ ਖੇਦਰ ਪਾਲ ਜੀ ਦੀ ਕਿਰਪਾ ਨਾਲ ਹਾਲੀਵੁੱਡ ਬਾਲੀਵੁੱਡ ਸਭ ਜਗ੍ਹਾ ਪਹੁੰਚਣਗੇ ਕਿਉਂਕਿ ਜਦੋਂ ਮਾਰਾਜ ਦਾ ਆਸਰਾ ਰੱਬ ਦਾ ਆਸਰਾ ਹੋਵੇ ਤਾਂ ਫਿਰ ਬਲੰਦੀ ਨੂੰ ਪਹੁੰਚਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਨਵਾਂ ਜਿਹੜਾ ਕਲਾਮ ਹੈ ਉਹ ਵੀ ਸੁਣਾਂਗੇ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਦੋਂ ਬੱਚਾ ਹੁੰਦਾ ਹੈ ਜਦੋਂ ਬੱਚਾ ਹੁੰਦਾ ਹੈ ਤੇ ਮਾਪੇ ਦੇ ਨਾਮ ਤੇ ਬੱਚਾ ਪਛਾਣਿਆ ਜਾਂਦਾ ਪਰ ਜਦੋਂ ਬੱਚਾ ਬੁਲੰਦੀਆਂ ਨੂੰ ਹੱਥ ਲਾਣਾ ਸ਼ੁਰੂ ਕਰ ਦਿੰਦਾ ਹੈ ਜਦੋਂ ਉਚਾਈਆਂ ਉੱਤੇ ਚਲਾ ਜਾਂਦਾ ਹੈ ਤੇ ਫਿਰ ਬੱਚੇ ਦੇ ਨਾਮ ਤੋਂ ਮਾਪੇ ਪਛਾਣੇ ਜਾਂਦੇ ਨੇ ਤੇ ਮਾਪੇ ਦਾ ਸੀਨਾ ਉਦੋਂ ਕਦੋਂ ਕਿੰਨਾ ਚੋੜਾ ਹੋਏਗਾ ਮਾਪੇ ਸਾਡੇ ਨਾਲ ਮੌਜੂਦ ਨੇ ਮਾਪੇ ਆਪਣਾ ਗੱਲ ਕਰਕੇ ਦੇਖ ਲੈਣੇ ਆ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਡੇਲੀ ਪੋਸਟ ਵੇਖਣ ਵਾਲਿਆਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਜੈ ਬਾਬਾ ਖੇਤਰਪਾਲ ਜੀ ਦੀ ਔਰ ਸੁਖਸ਼ੈਨ ਸਾਗਰ ਜੀ ਉਹਨਾਂ ਦੀ ਪੂਰੀ ਟੀਮ ਅੱਜ ਅਚਾਨਕ ਹੀ ਆਏ ਨੇ ਤੇ ਬਾਬਾ ਖੇਤਰਪਾਲ ਜੀ ਦੇ ਕਰਮਸਤਕੇ ਅੱਜ ਦਾ ਬਹੁਤ ਲੱਕੀ ਦੇਣਿਆ ਕਿ ਸਾਡੇ ਸੁਪਰਸਟਾਰ ਸੁਫੀ ਸਿੰਗਰ ਗੇਲ ਪ੍ਰਦਰਸ਼ਕ ਕੋਵਰ ਗਿਲ ਸਾਹਿਬ ਜਿਹੜੇ ਸਾਡੇ بیٹے ਐਕਟਰ ਵੀ ਨੇ ਉਹਨਾਂ ਦਾ ਅੱਜ ਬਰਥਡੇ ਆ ਤੇ ਬਹੁਤ ਖੁਸ਼ੀ ਦਾ ਮੌਕਾ ਵਾ ਕਿ ਅੱਜ ਡੈਲੀ ਪੋਸਟ ਦੀ ਟੀਮ ਜਿਹੜੀ ਆ ਬੱਚਿਆਂ ਦੀ ਇੰਟਰਵਿਊ ਵੀ ਕਰਨ ਆਈ ਆ ਤੇ ਅਸੀਂ ਦੋਨੋਂ ਜੀ ਬਾਬਾ ਖੇਤਰਪਾਲ ਜੀ ਦੇ ਕਰਮਸਤਕੇ ਬਹੁਤ ਖੁਸ਼ ਆ ਕਿ ਮੇਰਾ ਔਰ ਮੇਰੇ ਪਿਤਾ ਜੀ ਇਹਨਾਂ ਦੇ ਦਾਦਾ ਜੀ ਉਹਨਾਂ ਦਾ ਡ੍ਰੀਮ ਸੀਗਾ ਵੀ ਅਸੀਂ ਬੱਚਿਆਂ ਨੂੰ ਮੈਂ ਸਾਰਿਆਂ ਨੂੰ ਪਤਾ ਕੀ ਆਪ ਖੁਦ ਵੀ ਸਿਆਸਤ ਦੇ ਵਿੱਚ ਚੰਗਾ ਸਮਾਗੁਜ਼ਾਰਦਾ ਵਾਂ ਲੋਕਾਂ ਦੀ ਸੇਵਾ ਕਰਦਾ ਵਾਂ ਲੇਕਿਨ ਮੇਰਾ ਡ੍ਰੀਮ ਇਹ ਸੀ ਕਿ ਮੈਂ ਆਪਣੇ ਬੱਚੇ ਜਿਹੜੇ ਨੇ ਬਾਬਾ ਖੇਤਰਪਾਲ ਜੀ ਦੇ ਕਰਮਸੱਧਕੇ ਅਸੀਂ ਚਾਹੁੰਦੇ ਸੀ ਬੱਚੇ ਆਰਟਿਸਟ ਬਣਨ ਚਾਹੇ ਸਿੰਗਰ ਬਣ ਚਾਹੇ ਐਕਟਰ ਬਣ ਮੇਰਾ ਆਪਣਾ ਵੀ ਜਿਹੜਾ ਪ੍ਰੋਫੈਸ਼ਨਲ ਐਜ਼ ਅ ਵੀਡੀਓ ਡਾਇਰੈਕਟਰ ਦਾ ਵਾ ਤੇ ਬਾਬਾ ਖੇਤਰਪਾਲ ਜੀ ਦਾ ਮੈਂ ਸ਼ੁਕਰ ਕਰਦਾ 100 ਵਾਰ ਯਾਰ ਵਾਰੀ ਲੱਖ ਵਾਰੀ ਕਰੋੜ ਵਾਰੀ ਯਾਰ ਵਾਰੀ ਖਰਬ ਵਾਰੀ ਕਿਉਂ ਉਹਨਾਂ ਨੇ ਸਾਡੀ ਦੋਨਾਂ ਜੀਆਂ ਦੀ ਬਹੁਤ ਲਾਗਿਓ ਕਿ ਸੁਨੀਆਂ ਕਿ ਇਹ ਬਹੁਤ ਚੰਨ ਦਿਨਾਂ ਦੇ ਵਿੱਚ ਹਿੱਟ ਹੋਏ ਨੇ ਬਾਬਾ ਖੇਤਰਪਾਲ ਜੀ ਦੇ ਕਰਮ ਸਦਕੇ ਮੈਂ ਸੁਖਚੈਨ ਜੀ ਨੂੰ ਇਹ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਉਸਤਾਦ ਗੁਲਸ਼ਨ ਮੀਰ ਜੀ ਉਹਨਾਂ ਨੇ ਇੱਕ ਕਲਾਮ ਇਹਨਾਂ ਦਾ ਆ ਕੰਪੋਜ਼ ਕੀਤਾ ਸੀਗਾ دیਵਾਨੀ ਹੋ ਗਈ ਸੋਹਣ ਯਾਰ ਦੀ ਤੇ ਅਸੀਂ ਉਹ ਬਾਬਾ ਖੇਤਰਪਾਲ ਜੀ ਦੀ ਕਿਰਪਾ ਨਾਲ YouTube ਤੇ ਪਾਇਆ ਸੀਗਾ ਤੇ ਮੈਂ ਇਹ ਕਹਿ ਸਕਦਾ ਕਿ ਬਾਬਾ ਖੇਤਰਪਾਲ ਜੀ ਦੇ ਕਰਮ ਸਦਕੇ ਦੁਨੀਆ ਦੇ ਵਿੱਚ ਦੁਨੀਆ ਤੋਂ ਲੋਕਾਂ ਨੂੰ ਪਿਆਰ ਲੋਕਾਂ ਤੋਂ ਪਿਆਰ ਮਿਲਿਆ ਬੱਚਿਆਂ ਨੂੰ ਸਿਰਫ ਔਨਲੀ ਔਨ 5 ਦਿਨ ਦੇ ਵਿੱਚ ਬੱਚੇ ਕਲਾਕਾਰਾਂ ਦੀ ਗਿਣਤੀ ਦੇ ਵਿੱਚ ਆਏ ਨੇ ਉਹ YouTube ਤੇ ਗਾਣਾ ਪਾਇਆ دیਵਾਨੀ ਹੋ ਗਈ ਸੋਹਣ ਯਾਰ ਦੀ YouTube ਤੇ ਸੁਪਰ ਡੂਪਰ ਹਿੱਟ ਹੋਇਆ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਬਾਬਾ ਖੇਤਰਪਾਲ ਜੀ ਦੇ ਚਰਨਾਂ 'ਚ ਦੁਆ ਕਰਦਾ ਅਸੀਂ ਆ ਔਲਾਦ ਮਾਲਕ ਹਾਰਿਕ ਨੂੰ ਦਵੇ ਕਿ ਮੈਂ ਸੁਖਚੰਨ ਜੀ ਜਰੂਰ ਦੇ ਇਹਨਾਂ ਨੇ ਆਪਣੇ ਆਪ ਚ ਥੋੜੀ ਹੋਸ਼ ਸੰਭਾਲੀ ਆ ਤੇ ਇੱਕ ਸਾਲ ਤੋਂ ਹੋਇਆ ਸਾਨੂੰ ਇਸ ਪ੍ਰੋਫੈਸ਼ਨਲ ਚ ਆਇਆ ਤੇ ਕਦੀ ਵੀ ਸਾਨੂੰ ਦੋਨਾਂ ਜੀਆਂ ਨੂੰ ਇਹਨਾਂ ਦਾ ਕੰਬਲ ਮਤਲਬ ਕਿ ਛੇੜਨ ਦੀ ਲੋੜ ਨਹੀਂ ਪਈ ਇਹ ਲਾਰਮ ਲਾ ਕੇ ਸੁੰਦੇ ਨੇ ਸਵੇਰੇ 4:30 ਵਜੇ ਇਹਨਾਂ ਨੇ ਮੇਰੇ ਨਾਲ ਉੱਠਣਾ ਬਾਬਾ ਖੇਤਰਪਾਲ ਜੀ ਦੇ ਚਰਨਾਂ ਚ ਤਵਾ ਬੰਦਗੀ ਕਰਨੀ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਆਪਣਾ ਰਿਆਜ਼ ਕਰਨਾ ਅੱਧਾ ਘੰਟਾ ਰਿਆਜ਼ ਕਰਕੇ ਮਮਾ ਨੇ ਇਹਨਾਂ ਨੂੰ ਤਿਆਰ ਕਰ ਦਿੰਦਾ ਸਕੂਲ ਜਾਣਾ ਸਕੂਲੋਂ ਆਣ ਕੇ ਉਸ ਤੋਂ ਬਾਅਦ ਫਿਰ ਇਹ ਟਿਊਸ਼ਨ ਤੇ ਜਾਂਦੇ ਆ ਟਿਊਸ਼ਨ ਤੋਂ ਬਾਅਦ ਜਿਹੜਾ ਮੈਂ ਮੈਟਰ ਆਪਣੀ ਵਾਈਫ ਨੂੰ ਦੇ ਦਿੰਦਾ ਇਹਨਾਂ ਦੀ ਮੰਮਾ ਨੂੰ ਵੀ ਇਹ ਗਾਣਾ ਇਹਨਾਂ ਨੂੰ ਯਾਦ ਕਰਾਉਣਾ ਮੈਂ ਇਹ ਚੀਜ਼ ਯਾਦ ਕਰਾਉਣੀ ਆ ਤੇ ਉਸ ਤੋਂ ਬਾਅਦ ਮੈਂ ਰਾਤੀ 10 ਵਜੇ ਘਰ ਆਵਾਂ 9 ਵਜੇ ਆਵਾਂ ਉਹ ਮੈਟਰ ਮੈਨੂੰ ਸੁਣਾ ਕੇ ਸੌਂਦੇ ਨੇ ਮਤਲਬ ਕਿ ਇਹਨਾਂ ਚ ਬੱਚਿਆਂ ਵਾਲਾ ਕੋਈ ਵੀ ਅਸੀਂ ਕਹਿ ਸਕਦੇ ਕਿ ਇਹ ਉਹ ਹੀਰੇ ਨੇ ਜਿਨ੍ਹਾਂ ਨੂੰ ਤਰਾਸ਼ਣ ਦੀ ਜ਼ਿਆਦਾ ਲੋੜ ਨਹੀਂ ਪਈ ਤੁਹਾਨੂੰ ਇਹ ਸਰਕਾਰ ਦਾ ਕਰਮ ਹੈ ਜੀ ਬਾਬਾ ਖੇਤਰਪਾਲ ਜੀ ਦੀਆਂ ਰਹਿਮਤਾਂ ਹੋਈਆਂ ਜੀ ਐਡੀ ਛੋਟੀ ਉਮਰ ਦੇ ਵਿੱਚ ਹਿੱਟ ਹੋਏ ਨੇ ਸੁਪਰ ਹਿੱਟ ਹੋਏ ਨੇ ਮੈਂ ਲੋਕਾਂ ਦਾ ਸਰੋਤਿਆਂ ਦਾ ਧੰਨਵਾਦ ਕਰਦਾ ਹਾਂ 우ਸਤਾਦ ਗੁਲਸ਼ਨ ਮੀਰ ਜੀ ਦਾ ਵੀ ਜਿਨ੍ਹਾਂ ਨੇ ਇਹਨਾਂ ਤੇ ਮਿਹਨਤ ਕੀਤੀ ਆ ਔਰ ਉਹ ਗਾਣਾ ਜਿਹੜਾ دیਵਾਨੀ ਹੋ ਗਈ ਸੋਨੇ ਯਾਰ ਦੀ ਹਿੱਟ ਹੋਇਆ ਸੀਗਾ ਉਹਦੇ ਵਿੱਚ 뮤직 ਡਾਇਰੈਕਟਰ ਗਰਮੀਤ ਸਿੰਘ ਜੀ ਦਾ ਬੜਾ ਵੱਡਾ ਹੱਥ ਆ ਰਾਈਟਰ ਜਿਹੜੇ ਨੇ ਮਨਜੀਤ ਚਟਾਲਾ ਜੀ ਦਾ ਬਹੁਤ ਵੱਡਾ ਹੱਥ ਆ ਪੂਰੀ ਟੀਮ ਦਾ ਮੈਂ ਥੈਂਕਸ ਕਰਦਾ ਔਰ ਵਰਲਡ ਵਾਈਡ ਹਿੱਟ ਹੋਇਆ ਗਾਣਾ ਉਸ ਤੋਂ ਬਾਅਦ ਹਾਈ ਫਾਈ ਕ੍ਰिएशन ਕੰਪਨੀ ਸਵਦਰਸ਼ਨ ਬਾਈ ਨੇ ਸਾਨੂੰ ਬੰਬੇ ਸੱਦਿਆ ਜੀ ਬੰਬੇ ਇਹਨਾਂ ਨੂੰ ਅਨੂਪ ਜਲੋਟਾ ਜੀ ਨੇ ਛਤਰਪਤੀ ਸ਼ਿਵਾਜੀ ਅਵਾਰਡ ਨਾਲ ਸਨਮਾਨਿਤ ਕੀਤਾ ਉਸ ਦਿਨ ਸਾਡੇ ਲਈ ਸਾਡੀ ਬਹੁਤ ਦੋਨਾਂ ਜੀਆਂ ਦੀ ਮਤਲਬ ਕਿ ਕਾਹੀਏ ਤੇ ਮਾਨ ਨਾਲ ਅਸੀਂ ਛਾਤੀ ਸਾਡੀ ਚੌੜੀ ਹੋਈ ਇਸ ਗੱਲ ਨਾਲ ਕਿ ਬੱਚਿਆਂ ਨੂੰ ਛੋਟੀ ਉਮਰੇ ਇੱਕ ਬੈਸੂਫੀ ਸਿੰਗਰ ਦਾ ਅਵਾਰਡ ਮਿਲਿਆ ਔਰ ਉਹ ਅਵਾਰਡ ਉਹਨਾਂ ਨੇ ਦਿੱਤਾ ਕਿ ਜਿਹੜੇ ਪਦਮਸ਼ਰੀ ਨੇ ਗਜ਼ਲ ਸਮਰਾਟ ਨੇ कि ਜਿਹੜੇ ਬੱਬਰ ਸ਼ੇਰ ਨੇ ਇਸ ਫੀਲਡ ਦੇ ਉਹਨਾਂ ਨੇ ਇਹਨਾਂ ਨੂੰ ਨਵਾਜਿਆ ਇਸ ਅਵਾਰਡ ਨਾਲ ਛਤਰਪਤੀ ਸ਼ਿਵਾਜੀ ਅਵਾਰਡ ਨਾਲ ਉਸ ਤੋਂ ਬਾਅਦ ਕਪਿਲ ਸ਼ੋਚ ਵੀ ਇਨਵਾਈਟ ਕੀਤਾ ਕਪਿਲ ਜੀ ਵੀ ਖੋਦੇ ਗਾਣਾ دیਵਾਨੀ ਹੋ ਗਈ ਸੋਹਣੇ ਯਾਰ ਦੀ ਬੜਾ ਇੰਜੋਏ ਕਰਦੇ ਨੇ ਬਹੁਤ ਲਾਈਕ ਕਰਦੇ ਨੇ ਤੇ ਉਹਨਾਂ ਨੇ ਸੱਧਿਆ ਔਰ ਉੱਥੇ ਵੀ ਆਡੀਅנס ਚਰਚਨਾਪੂਰਨ ਜੀ ਨੇ ਸਾਰਿਆਂ ਨੇ ਬਹੁਤ ਪਿਆਰ ਕੀਤਾ دیਵਾਨੀ ਹੋ ਗਈ ਸੋਹਣੇ ਯਾਰ ਦੀ ਨੂੰ ਇੰਜੋਏ ਕੀਤਾ ਲੋਕਾਂ ਨੇ ਤੇ ਵਰਲਡ ਵਾਈਡ ਗਾਣਾ ਹਿੱਟ ਹੋਇਆ ਉਸ ਤੋਂ ਬਾਅਦ ਹੁਣ ਜਿਹੜੇ ਅਗਲੇ ਪ੍ਰੋਜੈਕਟ ਨੇ ਉਹ ਪਾਕਿਸਤਾਨ ਤੋਂ ਮੇਰੇ ਪਾਕਵੜ ਭਰਾ ਬਣੇ ਨੇ ਐਮ ਐਸ ਆਬਿਦ ਸਾਹਿਬ ਬਹੁਤ ਵੱਡੇ ਰਾਈਟਰ ਨੇ ਜਿਨ੍ਹਾਂ ਨੇ ਰਾਹਤ ਅਲੀ ਜੀ ਦਾ ਗਾਣਾ ਲਿਖਿਆ ਕਾਬੇ ਵਾਲੀ ਗਲੀ ਵਿੱਚ ਯਾਰ ਦਾ ਮਕਾਨ ਹੈ ਉਹਨਾਂ ਨੇ ਸਾਈਆਂ ਵਾਲਾ ਕਲਾਮ ਇਹਨਾਂ ਦਾ ਲਿਖਿਆ ਔਰ ਵੱਡੀ ਖੁਸ਼ੀ ਦੀ ਗੱਲ ਇਹ ਕਿ دیਵਾਨੀ ਹੋ ਗਈ ਸੋਹਣੇ ਯਾਰ ਦੀ ਇਹ ਪਾਕਿਸਤਾਨ ਚ ਵੀ ਰਿਲੀਜ਼ ਹੋਇਆ ਜੀ 뮤직 ਵਰਲਡ ਰਿਕਾਰਡ ਕੰਪਨੀ ਨੇ ਖਾਲਿ ਚਿਸਤੀ ਜੀ ਨੇ ਉਨ ਰਿਕਾਰਡ ਕੀਤਾ ਮੈਂ ਪਾਕਿਸਤਾਨ ਦੇ ਸਰੋਤਿਆਂ ਦਾ ਵੀ ਬੜਾ ਧੰਨਵਾਦ ਕਰਦਾ ਹਿੰਦੁਸਤਾਨ ਚ ਤੋਂ ਲੋਕ ਇਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਲੇਕਿਨ ਪਾਕਿਸਤਾਨ ਦੇ ਲੋਕ ਵੀ ਉਹ ਉਹਨਾਂ ਨੇ ਖੁਦ ਪੈਸੇ ਲਾ ਕੇ ਇਹਨਾਂ ਦਾ ਪ੍ਰੋਜੈਕਟ ਉਧਰ ਰਿਲੀਜ਼ ਕੀਤਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਨਵਾਂ ਪ੍ਰੋਜੈਕਟ ਜਿਹੜਾ ਐਮ ਐ ਸਾਬਿਤ ਸਾਹਿਬ ਨੇ ਕੀਤਾ ਉਹਦੇ ਜਿਹੜਾ ਖਰਚਾ 뮤직 ਦਾ ਔਰ ਟਰੈਕ ਵਗੈਰਾ ਕੀਤਾ ਵਾ ਉਹ ਉਹਨਾਂ ਨੇ ਕੀਤਾ ਆਬੀਤ ਸਾਹਿਬ ਨੇ ਸਵਾਲ ਮੇਰਾ ਇੱਕ ਬੱਚਾ ਜਦੋਂ ਬਲੰਦੀ ਵੱਲ ਨੂੰ ਤੁਰਦਾ ਨਾ ਤੇ ਮਾਪੇ ਨੂੰ ਬੜੀ ਖੁਸ਼ੀ ਹੁੰਦੀ ਹੈ ਉਪਾਲ ਕੋਈ ਦੱਸ ਦਿਓ ਜਿਹੜਾ ਦਿਲ ਚ ਕੈਦ ਹੋ ਗਿਆ ਹੋਵੇ ਜਦੋਂ ਬੱਚਿਆਂ ਨੇ ਖੁਸ਼ੀ ਦੇ ਹੰਝੂ ਲਿਆਤੇ ਹੋਣ ਉਪਾਲ ਦੱਸ ਦਿਓ ਕੋਈ ਐਸਾ ਉਹਪਾਲ ਜੀ ਰੈਲਿਟੀ ਆ ਕਿ ਜਦੋਂ ਅਸੀਂ ਕਪਿਲ ਸ਼ੋਚ ਗਏ ਆ ਕਪਿਲ ਸ਼ੋਚੋ ਬਾਹਰ ਆਏ ਆ ਹੀ ਹੋਟਲ ਚ ਗਏ ਆ ਤਾਂ ਚੁੱਕੇ ਸੀ ਅਸੀਂ ਤੇ ਉੱਥੇ ਮੈਂ ਇਹਨਾਂ ਦੇ ਇਹਨਾਂ ਨੂੰ ਪੁੱਛ ਲਓ ਭਾਵੇਂ ਇਹਨਾਂ ਦੇ ਪੈਰੀ ਹੱਥ ਲਾਇਆ ਉੱਥੇ ਮੈਂ ਕਿ ਮੈਂ ਸਾਰਿਆਂ ਨੂੰ ਪਤਾ ਸਟਰਗਲ ਟਾਈਮ ਤੋਂ ਉੱਠਿਆ ਵਾਂ ਮੈਂ ਖੁਦ ਵੀਡੀਓ ਡਾਇਰੈਕਟਰ ਹੈ ਮੇਰਾ ਬੈਨਰ ਹੈ ਰਜਤ ਫਿਲਮਸ ਦਾ ਮੇਰੇ 40 50 ਗਾਣੇ ਪਿਛਲੇ ਸਮੇਂ ਦੇ ਵਿੱਚ 6-7 ਸਾਲ ਪਹਿਲੇ ਬਹੁਤ ਹਿੱਟ ਹੋਏ ਸੀਗੇ ਮਿਸ ਪੂਜਾ ਪ੍ਰਵੀਨ ਪਾਟਰਾ ਹਰਜੀਤ ਸਿੱਧੂ ਗੁਰਲੇ ਜ਼ਖਤਰ ਦੇ ਬਹੁਤ ਬਿਗ ਗਾਣੇ ਮੇਰੇ ਹਿੱਟ ਹੋਏ ਐਜ਼ ਅ ਵੀਡੀਓ ਡਾਇਰੈਕਟਰ ਤੇ ਈਵਨ ਸਟਰਗਲ ਟਾਈਮ ਤੇ ਕਪਿਲ ਵੀ ਉੱਥੇ ਸੀਗਾ ਖੱਪੀ ਮੀਰਾ ਰੋਡ ਰਹਿੰਦਾ ਸੀਗਾ ਅਸੀਂ ਕੋਲੀਵਾੜੇ ਰਹਿੰਦੇ ਸਾਂ ਤੇ ਗਰੋਵਰ ਵਿੱਕੀ ਔਰ ਬੂਟੀ ਦਾ ਮਨੋਜ ਅਸੀਂ ਸਾਰੇ ਸਟਰਗਲ ਟਾਈਮ ਦੇ ਯਾਰ ਆ ਤੇ ਮੈਂ ਐਜ਼ ਅਥੇ ਡਾਇਰੈਕਟਰ ਵੀ ਆ ਪੰਜਾਬ ਨਾਟਸ ਵਾਲਾ ਜੀ ਕਾਫੀ ਪਲੇ ਕੀਤਾ ਐਜ਼ ਅ ਐਕਟਰ ਬੜਾ ਕੰਮ ਕੀਤਾ ਮੈਂ ਤੇ ਮੇਰੀ ਲਾਈਫ ਦੇ ਵਿੱਚ ਕਦੀ ਐਸਾ ਸਮਾਂ ਨਹੀਂ ਆਇਆ 10 ਸਾਲ ਚ ਬੰਬੇ ਇਨਾਂ ਵਰਕ ਕੀਤਾ ਵਾਸਿਸਟ ਕੀਤਾ ਸੁਨੀਲ ਨਾਇਰ ਜੀ ਦਾ ਪ੍ਰਕਾਸ਼ ਮਹਿਰਾ ਦੇ ਸਿਸਟਮ ਡਾਇਰੈਕਟਰ ਸੀਗੇ ਤੇ ਕਦੀ ਇਹ ਮੌਕਾ ਨਹੀਂ ਮਿਲਿਆ ਮੈਨੂੰ ਵੀ ਐਕਟਰਾਂ ਨੂੰ ਮਿਲਣ ਦਾ ਐਕਟਰਾਂ ਨਾਲ ਪਿਕਚਰ ਕਰਨ ਦਾ ਵੀ ਕੇਸ ਲੈਵਲ ਤੇ ਮੈਂ ਨਹੀਂ ਗਿਆ ਤੇ ਇੰਨਾ ਕਰਕੇ ਜਤਿੰਦਰ ਜੀ ਨੇ ਬੜਾ ਪਿਆਰ ਕੀਤਾ 빅 스타 ਨੇ ਸਾਰੇ ਉਥੇ ਪੰਕਜ 베ਰੀ ਜੀ ਅਰੁਣ ਬਖਸ਼ੀ ਜੀ ਆ ਨੂਬ ਚਲੋਟਾ ਜੀ ਇਹਨਾਂ ਬੱਚਿਆਂ ਕਰਕੇ ਅਸੀਂ ਮਤਲਬ ਕਿ ਜਿਹੜਾ ਮੇਰਾ ਡ੍ਰੀਮ ਸੀਗਾ ਮੈਂ ਸਕਸੈਸ ਨਹੀਂ ਹੋ ਸਕਿਆ ਇਸ ਲਾਈਨ ਦੇ ਵਿੱਚ ਇੰਨਾ ਐਜ਼ ਅ ਡਾਇਰੈਕਟਰ ਮੈਂ ਹਿੱਟ ਹੋਇਆ ਮਤਲਬ ਕਿ ਏਡੇ ਵੱਡੇ ਬਾਲੀਵੁੱਡ ਐਕਟਰਾਂ ਨੂੰ ਨਹੀਂ ਮੈਂ ਪ੍ਰੋਪਰ ਮਤਲਬ ਕਿ ਜਿਸ ਤਰ੍ਹਾਂ ਇੱਕ ਮਿਲਣਾ ਹੁੰਦਾ ਵਖਰੀ ਉਹਨਾਂ ਨੇ ਸਪੈਸ਼ਲੀ ਇਹਨਾਂ ਨੂੰ ਰਿਸਪੈਕਟ ਦਿੱਤੀ ਸੂਫੀ ਸਿੰਗਰ ਤੌਰ ਤੇ ਸੱਦਿਆ ਮਹਿਫਲਾਂ ਕਰਾਈਆਂ ਤੇ ਮੈਂ ਲੱਕੀ ਮੈਨ ਨੇ ਕਿ ਬੰਬਈ ਦੀ ਤਰਤੀ ਨੂੰ ਮੈਂ ਝਕਾ ਨਹੀਂ ਮਤਲਬ ਕਿ ਮੈਨੂੰ ਉਸ ਤਰਤੀ ਨੇ ਨਹੀਂ ਮੰਨਿਆ ਮਾਬਾ ਖੇਤਰਪਾਲ ਜੀ ਦੇ ਕਰਮ ਸਦਕੇ ਮੇਰੇ ਪੀਰ ਦਾ ਕਰਮ ਹੈ ਮੇਰੇ ਬਾਬਾ ਖੇਤਰਪਾਲ ਜੀ ਨੂੰ ਉਸ ਧਰਤੀ ਨੇ ਮੰਨਿਆ ਬਾਬਾ ਖੇਤਰਪਾਲ ਜੀ ਦੇ ਬੱਚਿਆਂ ਨੂੰ ਗਿਲ ਬਰਦਰਸ ਨੂੰ ਉਸ ਧਰਤੀ ਨੇ ਬੜਾ ਪਿਆਰ ਦਿੱਤਾ ਤੇ ਮੈਂ ਉਹਨਾਂ ਉਹ ਦਿਨ ਸਾਡਾ ਪਾਲਸੀ ਮੈਂ ਖੁਸ਼ੀ ਨਾਲ ਰੋ ਕੇ ਉਹ ਪਲ ਕੈਦੋ ਗਿਆ ਇਹਨਾਂ ਦੇ ਪਿਆਰੀ ਹੱਥ ਲਾਇਆ ਸੀਗਾ ਮੈਂ ਕਿ ਤੁਸੀਂ ਸਲੂਟ ਹੈ ਤੁਹਾਨੂੰ ਕੋਈ ਲੱਕੀ ਮੈਨ ਹੋ ਐਡੀ ਛੋਟੀ ਉਮਰ ਦੇ ਵਿੱਚ ਕਪਿਲ ਸ਼ੋਹ ਚ ਜਾਣਾ ਦੁਨੀਆ ਤੇ ਮੇਰੇ ਖਿਆਲ ਨਾਲ ਚੰਦ ਤੋਂ ਉਪਰ ਕੋਈ ਜਗਾ ਨਾ ਕਪਿਲ ਸ਼ੋਹ ਆ ਕਿਆ ਬਾਤ ਬਿਲਕੁਲ ਸਹੀ ਕਹਿੰਦੇ ਬੇਤੋਹੀ ਕਿਉਂਕਿ ਬਹੁਤ ਜਣੇ ਆਪਣੀ ਕਿਸਮ ਦਾ ਜਵਾਂਦੇ ਨੇ ਤੇ ਆ ਗਾਂ ਨਿਕਲਦੇ ਮਾਂ ਨੂੰ ਕਿੰਨਾ ਕੁ ਚਾ ਚੜਿਆ ਕਿ ਬੱਚੇ ਵਾਕਿਆ ਹੀ ਬੁਲੰਦੀਆਂ ਨੂੰ ਹੱਥ ਲਾ ਰਹੇ ਹਾਂਜੀ ਮੈਂ ਵੀ ਬਹੁਤ ਜ਼ਿਆਦਾ ਖੁਸ਼ ਹਾਂ ਹੀ ਬਸ ਸਾਡਾ ਸੇਮ ਹੀ ਸੀਗਾ ਕਿ ਉਸ ਦਿਨ ਸਾਡੇ ਬਹੁਤ ਖੁਸ਼ੀ ਦਾ ਪਲ ਸੀਗਾ ਕਿ ਬਹੁਤ ਖੁਸ਼ੀ ਹੋਈ ਅਭੀ ਕਪਿਲ ਤੋਂ ਉੱਪਰ ਤੇ ਕੋਈ ਵੀ ਨਹੀਂਗਾ ਜਦੋਂ ਕਪਿਲ ਦੇ ਸ਼ੋਅ ਤੇ ਗਏ ਆ ਤੇ ਹਾਂਜੀ ਹਾਂਜੀ ਤੇ ਬਸ ਬਹੁਤ ਖੁਸ਼ੀ ਤੰਗੀ ਨਹੀਂ ਹੁੰਦੀ ਜਦੋਂ ਸਵੇਰੇ ਸਵੇਰੇ ਕਈ ਵਾਰੀ ਹੁੰਦਾ ਕਿ ਬੱਚੇ ਸੋ ਜਾਂਦੇ ਮੁੜ ਕੇ ਉੱਠਦੇ ਨਹੀਂ ਕਿੰਨੀ ਕਿੰਨੀ ਦੇਰ ਠਾਣਾ ਪੈਂਦਾ ਕਦੀ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਹੋਇਆ ਕਿ ਤੁਹਾਨੂੰ ਕਹਿਣਾ ਪੈਗੇ ਉਠੋ ਤੇ ਆਪਣੀ ਰੀਅਲ ਕਰੋ ਨਹੀਂ ਬਿਲਕੁਲ ਵੀ ਟੱਚਵੁੱਡ ਬਾਬਾ ਜੀ ਦੀ ਕਿਰਪਾ ਨਾਲ ਮੇਰੇ ਬੱਚੇ ਬਹੁਤ ਨਾਈਸ ਨੇ ਤੇ ਕਦੀ ਵੀ ਤੁਹਾਨੂੰ ਕਹਿੰਦੇ ਜਰੂਰਤ ਨਹੀਂ ਪਈ ਬਿਲ ਆਰਾਮ ਲਾ ਲਓ ਇਹ ਕਰ ਲਓ ਖੁਦ ਆਰਾਮ ਲਾਉਂਦੇ ਆ ਖੁਦ ਉੱਠਦੇ ਆ ਤੇ ਸਗੋਂ ਮੈਨੂੰ ਵੀ ਇਹ ਠਾਉਂਦੇ ਆ ਕਿ ਮੰਮਾ ਉੱਠੋ ਯੋ ਟਿਫਨ ਤਿਆਰ ਕਰ ਦੋ ਸਾਡੇ ਬਿਲਕੁਲ ਨਹੀਂ ਜਰੂਰਤ ਪੈਂਦੀ ਨਾਈਸ ਬੱਚੇ ਮੇਰੇ ਅਚਾਈ ਦਾ ਕਿ ਇਸ ਤਰ੍ਹਾਂ ਦੇ ਬੱਚੇ ਸਭ ਨੂੰ ਮਿਲਣ ਇੱਕ ਸੌਂਗ ਜਿਹੜਾ ਪਾਕਿਸਤਾਨ ਵਿੱਚ ਰਿਲੀਜ਼ ਕਹਿੰਦੇ ਪਈ ਹੋਣਾ ਉਹਦੀ ਤਰੀਫ਼ ਬੜੀ ਹੁੰਦੀ ਮਾਪੇ ਵੀ ਕਰਦੇ ਪਏ ਨੇ ਇੱਕ ਉਹ ਸੁਣਾ ਦੇ ਜਿਹੜਾ ਜਿਹੜਾ ਸ਼ੇਕ ਸਾਈ ਦੇ ਵਿੱਚ ਨਚਿਆ 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 ਸਾਈ ਨੇ ਉਹਨੂੰ ਤਾਰ ਛੱਡਿਆ ਸਾਈ ਨੇ ਉਹਨੂੰ ਤਾਰ ਛੱਡਿਆ ਬਣ ਮੰਗਤਾ ਬਣ ਮੰਗਤਾ ਬਨ ਮੰਗਤਾ ਸਾਈਂ ਕੋ ਜੀਨੇ ਮੰਗੇਆ 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 ਸਾਈਂ ਨੇ ਉਹਨੂੰ ਤਾਰ ਛੱਡਿਆ ਸਾਈਂ ਨੇ ਉਹਨੂੰ ਤਾਰ ਛੱਡਿਆ ਮੇਰੇ ਸਾਈਂ ਦੇ دیਵਾਨੇ ਗਲੀ ਗਲੀ ਨੱਚਦੇ ਕੁਛ ਰੰਦੇ ਨੇ ਹਮੇਸ਼ਾ ਦੁੱਖਾਂ ਕੋਲੋਂ ਬਚਦੇ ਮੇਰੇ ਸਾਈਂ ਦੇ دیਵਾਨੇ ਗਲੀ ਗਲੀ ਨੱਚਦੇ ਕੁਸ਼ੀ ਰਹੰਦੇ ਨੇ ਹਮੇਸ਼ਾ ਦੁੱਖਾਂ ਕੋਲੋਂ ਬਚੀ ਦੇ ਦੁੱਖ ਦਿਲ ਦਾ ਦੁੱਖ ਦਿਲ ਦਾ ਦੁੱਖ ਦਿਲ ਦਾ ਸਾਈ ਨੂੰ ਜਿੰਦੇ ਦੱਸਿਆ 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 ਸਾਈ ਨੇ ਉਹਨੂੰ ਤਾਰ ਛੱਡਿਆ ਸਾਈ ਨੇ ਉਹਨੂੰ ਤਾਰ ਛੱਡਿਆ ਕੀ ਬਾਤ ਹੈ ਸਾਈ ਨੇ ਉਹਨੂੰ ਤਾਰ ਛੱਡਿਆ ਇਹ ਵਾਕਿਆ ਬੜਾ ਮਸ਼ਹੂਰ ਜਿਹੜਾ ਪਹਿਲਾਂ ਹੀ ਆਪਾਂ ਕਹਿ ਦੇਨੇ ਕਿ ਮਸ਼ਹੂਰ ਹੋਣ ਵਾਲਾ ਸੌਂਗ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜ਼ਰੂਰਤ ਪਵੇਗੀ ਕਿ ਇਹਨਾਂ ਸਿੰਗਰਾਂ ਦੇ ਨਾਲ ਤਸਵੀਰਾਂ ਖਿਚਾਣੀਆਂ ਪੈਣਗੀਆਂ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਹੈ ਮੈਨੂੰ ਲੱਗ ਰਿਹਾ ਕਿ ਇਹਨਾਂ ਦਾ ਹੀ ਹੈ ਕੀ ਕਹਿਣਾ ਚਾਹੁੰਦੇ ਜੇ ਪੜ੍ਹਾਈ ਲਗਾਤਾਰ ਉਸ ਤਰ੍ਹਾਂ ਹੀ ਕਿ ਨਾ ਚੱਲੇਗੀ ਨਾਲ-ਨਾਲ ਚਲੀ ਜਾਏਗੀ ਸਿੰਗਿੰਗ ਵੀ ਨਾਲ-ਨਾਲ ਚਲੀ ਜਾਏਗੀ ਜਾਂ ਫਿਰ ਕੋਈ ਅਰਚਨ ਆਏਗੀ ਕਿਉਂਕਿ ਟਾਈਮ ਜਿਹੜਾ ਹੈ ਉਹ ਜ਼ਿਆਦਾ ਦੇਣਾ ਪੈਂਦਾ ਨਾਲ-ਨਾਲ ਚਲੀ ਜਾਊਗੀ ਸਿੰਗਿੰਗ ਵੀ ਪੜ੍ਹਾਈ ਵੀ ਪੜਾ ਇਵਨੀ ਛੱਡੇਗੀ ਤੇਜ ਸਿੰਘ ਵੀ ਨਹੀਂ ਛੱਡਾਂ। ਹਾਂਜੀ। ਤੇ ਰੱਬ ਦੀ ਰਹਿਮਤ ਵੀ ਨਹੀਂ ਛੱਡਾਂਗੇ ਉਹ ਉਹਨਾਂ ਦੇ ਚਰਨਾ ਦੇ। ਬਾਬਾ ਖੇਤਰਬਾਲ ਜੀ ਦੀ ਕਿਰਪਾ ਨਾਲ ਸਾਰਾ ਕੁਝ ਹੁੰਦਿਆ। ਉਹਨਾਂ ਨੂੰ ਕਿੱਦਾਂ ਛੱਡ ਛੱਡਦੇ ਅਸੀਂ। ਸਟਾਰਟਿੰਗ ਉੱਤੇ ਪਹਿਲਾ ਸ਼ੌਂਕ ਜਿੱਤਰਾ ਤੀ ਕਹਿੰਦੇ ਬਈ ਕਿ ਮੈਂ ਸਟੇਜ 'ਚ ਚੱਲਦੀ ਸੀ। ਸਟੇਜ ਦੇ ਉੱਤੇ ਵੇਖਦਾ ਸੀ ਸਿੰਗਰਾਂ ਨੂੰ ਤੇ ਮੈਨੂੰ ਸ਼ੌਂਕ ਹੁੰਦਾ ਸੀ। ਤੇ ਮਹਿਸੂਸ ਕਿਤਰਾ ਹੋਇਆ ਕਿ ਕਈ ਵਾਰੀ ਹੁੰਦਾ ਕਿ ਘਰ ਵਿੱਚ ਗੁਣਗੁਣਾਣਾ ਸ਼ੁਰੂ ਕਰ ਦਿੰਦਾ ਬੰਦਾ। ਤਾਂ ਲੱਗਦਾ ਹੈ ਕਿ ਮੈਂ ਛੋਟਾ ਹੁੰਦਾ ਜਦੋਂ ਹੋਸ਼ ਵਿੱਚ ਆਏ ਤੁਸੀਂ ਉਦੋਂ ਗੁੰਗੁਣਾਣਾ ਸ਼ੁਰੂ ਕੀਤਾ ਸੀ ਜਾਂ ਪਿਤਾ ਜੀ ਨੂੰ ਦੱਸਿਆ ਕਿ ਮੈਂ ਗਾਉਣਾ ਚਾਹਣਾ ਕਿਸ ਤਰ੍ਹਾਂ ਦੇ ਗੁੰਗੁਣਾਣਾ ਸ਼ੁਰੂ ਕੀਤਾ ਸੀ ਫਿਰ ਸਾਡੇ ਪਿਤਾ ਜੀ ਸਾਨੂੰ ਉਸਤਾਦ ਗੁਲਸ਼ਰ ਮੀਰ ਜੀ ਕੋ ਲੈ ਕੇ ਗਏ ਤੇ ਉਹਨਾਂ ਨੇ ਸਾਨੂੰ ਤਿਆਰ ਕੀਤਾ ਇਹ ਗਾਣਾ ਕੰਪੋਜੀਸ਼ਨ ਫਿਰ ਮਨਜੀਤ ਚਟਾਲਾ ਜੀ ਕੋ ਲਿਰਿਕਸ ਲਿੱਤੇ ਸਾਨੂੰ ਉਹਨਾਂ ਨੇ ਤਿਆਰ ਦਿੱਤਾ ਤਿਆਰ ਕੀਤਾ ਤੇ ਅਸੀਂ ਇਹ ਰੈਸਲ ਪਾਈ ਸੀ YouTube ਤੇ YouTube ਤੋਂ ਰੈਸਲ ਹਿੱਟ ਹੋ ਗਈ ਫਿਰ ਅਸੀਂ ਇਹਨਾਂ ਦਾ ਕਲਾਮ ਵੀਡੀਓ ਬਤਿਆਰ ਕੀਤੀ 뮤직 ਸਾਰਾ ਕੁਝ ਕੀਤਾ ਤੇ ਅਸੀਂ ਇਸ ਕਰਕੇ ਇੰਨਾ ਹਿੱਟ ਹੋ ਗਏ ਸੀ ਸਭ ਤੋਂ ਜ਼ਿਆਦਾ ਖੁਸ਼ੀ ਕਦੋਂ ਹੋਈ ਤੁਹਾਨੂੰ ਕਾਫੀ ਸਮੇਂ ਤੋਂ ਆਪਾਂ ਗਾਇਕੀ ਸ਼ੁਰੂ ਕੀਤੀ ਹੈ ਉਮਰ ਚਾਹੇ ਛੋਟੀ ਹੈ ਪਰ ਫਿਰ ਵੀ ਸਮਾਂ ਅਸੀਂ ਕਹਿ ਸਕਦੇ ਹਾਂ ਕਿ ਸਾਲ ਡੇਢ ਸਾਲ 2 ਸਾਲ ਹੋ ਚੁੱਕੇ ਗਾਉਂਦੀਆਂ ਹਾਂ ਸਟੇਜਾਂ ਲਾਉਣ ਦੇ ਲਈ ਹਾਂਜੀ ਸਭ ਤੋਂ ਜ਼ਿਆਦਾ ਖੁਸ਼ੀ ਕਦੋਂ ਮਿਲੀ ਜਿਹੜੇ ਪਿਆਰ ਸਾਡੀ ਕਿਹੜੀ ਸਟੇਜ ਦੇ ਉੱਤੇ ਤੁਹਾਨੂੰ ਸਭ ਤੋਂ ਜ਼ਿਆਦਾ ਪਿਆਰ ਮਿਲਿਆ ਲੁਧਿਆਣਾ ਅੱਛਾ ਲੁਧਿਆਣਾ ਕੀ ਐਸੀ ਹੁੰਦੀ। ਉੱਥੇ ਅਸੀਂ ਕੱਪੜੇ ਚੇਂਜ ਕਰ ਰਹੇ ਸੀ ਤੇ ਓਨੀ ਧੇਰ ਸਾਡੇ ਫੈਨਸ ਬਾਹਰ ਫੋਨ ਲੈ ਕੇ ਖਲੋਤੇ ਸੀ ਕਿਉਂਕਿ ਸਾਡੀ ਸੈਲਫੀ ਲੈਣੇ ਸੀ ਤੇ ਸਾਨੂੰ ਉਹ ਪਲ ਬਹੁਤ ਧਿਆ ਲੱਗਾ। ਖੁਸ਼ੀ ਹੋਈ ਕਿ ਸਾਡੇ ਨਾਲ ਵੀ ਸੈਲਫੀ ਲੈਣ ਵਾਸਤੇ ਲੋਕ ਲਾਈਨਾਂ ਲਾ ਕੇ ਖੜੇ ਨੇ। ਹਾਂਜੀ। ਤੁਹਾਨੂੰ ਕਿਹੜਾ ਪਲ ਚੰਗਾ ਲੱਗਾ? ਮੈਨੂੰ ਵੀ ਐਸੀ ਇਹੀ ਪਲ ਚੰਗਾ। ਸੇਮ ਸੇਮ ਨਾਲ ਦੀ ਆਪਣਾ ਦੱਸੋ। ਨਹੀਂ ਤਿੰਨੋਂ ਸੇਮ ਹੀ ਬੋਲਦੇ ਸੀ। ਅੱਛਾ ਤਿੰਨੋਂ ਸੇਮ। ਗਾਣੇ ਵੀ ਤਿੰਨੋਂ ਸੇਮ ਆ ਤੇ ਬੋਲਦੇ ਵੀ ਤਿੰਨੋਂ ਸੇਮ ਆ। ਤਿੰਨੋਂ ਸੇਮ ਹੀ ਜੋ ਤੁਸੀਂ ਉਹ ਬੋਲਣਗੇ ਉਸ ਤੋਂ ਤੁਸੀਂ ਹਾਂਜੀ ਇਹ ਛੋਟੇ ਬੱਚਿਆਂ ਦਾ ਪਿਆਰ ਆਪਸ ਵਿੱਚ ਆਪਸ ਵਿੱਚ ਭਰਾਵਾਂ ਦਾ ਪਿਆਰ ਹੈ ਅਸੀਂ ਚਾਹੁੰਦੇ ਹਾਂ ਕਿ ਇਹ ਪਿਆਰ ਬਰਕਰਾਰ ਰਹੇ ਰੈਂਦੀ ਦੁਨੀਆ ਤੱਕ ਤੁਹਾਨੂੰ ਕਿਹੜਾ ਪਲ ਜਿਹੜਾ ਯਾਦ ਰਹਿ ਗਿਆ ਜਿਹੜੇ ਪਲ ਦੇ ਵਿੱਚ ਤੁਹਾਨੂੰ ਖੁਸ਼ੀ ਹੋਈ ਦੀ ਕਪਿਲ ਸ਼ਰਮਾ ਸ਼ੋ ਉੱਥੇ ਸਾਨੂੰ ਬਹੁਤ ਪਿਆਰ ਮਿਲਿਆ ਤੇ ਮੈਨੂੰ ਉਹ ਪਲ ਅੱਜ ਤੱਕ ਵੀ ਨਹੀਂ ਭੁੱਲਦਾ ਬਹੁਤ ਵਧੀਆ ਪਾਲ ਸੀ ਬਹੁਤ ਵਧੀਆ ਹੱਪਾ ਜਦੋਂ ਉਹਤੇ ਲਾਈਵ ਪਰਫਾਰਮੈਂਸ ਕੀਤੀ ਸਾਰੇ ਉਥੇ ਸਾਡੇ ਨਾਲ ਝੂਮ ਰਹੇ ਸੀ ਸਾਨੂੰ ਸੈਲੀਬ੍ਰੇਟ ਕਰ ਰਹੇ ਸੀ ਬਹੁਤ ਮਜ਼ਾ ਆਇਆ ਖੁਸ਼ੀ ਹੋਈ ਉਹਨਾਂ ਦੀ ਕਿ ਜਿਨ੍ਹਾਂ ਨੂੰ ਅਸੀਂ ਟੀਵੀ 'ਚ ਵੀ ਦੇਖਦੇ ਪਏ ਆ ਉਹ ਸਾਡੇ ਨਾਲ ਜਫੀਆ ਪਾਣਦੇ ਸਾਡੇ ਨਾਲ ਤਸਵੀਰਾਂ ਲੈ ਰਹੇ ਹਨ ਇਸ ਤਰ੍ਹਾਂ ਦਾ ਹੋਇਆ ਸੀ ਹਾਂਜੀ ਹਾਂਜੀ ਸੇਮ ਤੇ ਬਾਹਰ ਜਾ ਕੇ ਸਾਰੇ ਲੋਕਾਂ ਨੇ ਸਾਨੂੰ ਬਹੁਤ ਸੈਲਫੀ ਲਿੱਤੀਆਂ ਸਾਡੇ ਕੋ ਸਾਨੂੰ ਬਹੁਤ ਮਜ਼ਾ ਆਇਆ ਕਪਿਲ ਜਿੰਨੇ ਵੀ ਸਾਨੂੰ ਬਹੁਤ ਪਿਆਰ ਦਿੱਤਾ ਉਥੇ ਸੋ ਬਹੁਤ ਬਹੁਤ ਧੰਨਵਾਦ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ ਮਾਤਾ ਪਿਤਾ ਦੇ ਨਾਲ ਗੱਲਬਾਤ ਕੀਤੀ ਹੈ ਤੇ ਇਹ ਤਿੰਨ ਜਿਹੜੇ ਤੁਸੀਂ ਦੇਖ ਰਹੇ ਜੇ ਇਹ ਉਹ ਹੀਰੇ ਨੇ ਜਿਨ੍ਹਾਂ ਨੂੰ ਤਰਾਸ਼ਣ ਦੀ ਜ਼ਿਆਦਾ ਲੋੜ ਨਹੀਂ ਪਈ ਜਿਹੜੇ ਆਪ ਹੀ ਤਰਾਸ਼ੇ ਗਏ ਨੇ ਕਹਿ ਸਕਦੇ ਹਾਂ ਸੀ ਕਿਉਂਕਿ ਮਾਪੇ ਦਾ ਕਹਿਣਾ ਹੈ ਕਿ ਇਹਨਾਂ ਨੂੰ ਕਦੀ ਉਠਾਣਾ ਨਹੀਂ ਪਿਆ ਸਵੇਰੇ ਖੁਦ అలਾਰਮ ਲਗਾਉਂਦੇ ਨੇ ਤੇ ਪਤਾ ਹੁੰਦਾ ਹੈ ਕਿ ਰੈਸਲ ਕਰਨੀ ਆ ਤੇ ਰੈਸਲ ਕਰਨ ਤੋਂ ਬਾਅਦ ਉਸ ਤੋਂ ਬਾਅਦ ਸਕੂਲ ਵੱਲ ਨੂੰ ਤੁਰ ਪੈਂਦੇ ਨੇ ਉਮਰਾਂ ਜ਼ਿਆਦਾ ਵੱਡੀਆਂ ਨਹੀਂ ਅਸੀਂ ਕਹਿ ਸਕਦੇ 14-14 ਸਾਲ ਦੇ ਦੋ ਨੇ ਤੇ ਇੱਕ ਸਿਰਫ 11 ਸਾਲ ਦਾ 11 ਸਾਲ ਦੀ ਉਮਰ ਦੇ ਵਿੱਚ ਸਿਰਫ ਬੰਦੇ ਨੂੰ ਖੇਡ ਦਾ ਧਿਆਨ ਹੁੰਦਾ ਕਿ ਮੈਂ ਖੇਡਾਂ ਤੇ ਖੇਡਣਾ ਕਿਸ ਤਰ੍ਹਾਂ ਹੈ ਤੇ ਇਹਨਾਂ ਨੂੰ ਇੱਕ ਵੱਖਰਾ ਜਨੂਨ ਹੈ ਕਿ ਗਾਇਕੀ ਦੇ ਵਿੱਚ ਅਗਾਹ ਕਿਸ ਤਰ੍ਹਾਂ ਵਧਣਾ ਹੈ ਕੈਮਰਾਮੈਨ ਦੀਪਕ ਬਜਾਜ ਦੇ ਨਾਲ ਸੁਖਚੰਦ ਸਿੰਘ ਅੰਮ੍ਰਿਤਸਰ